ਕੁਝ ਖਾਸ ਖਬਰਾਂ ਤੁਹਾਨੂੰ ਦੱਸ ਦਨੇ ਆ ਕੱਲ ਤੋਂ ਕੇਂਦਰੀ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ ਉਸ ਤੋਂ ਇੱਕ ਦਿਨ ਪਹਿਲਾਂ ਅੱਜ ਸਰਕਾਰ ਨੇ ਵੱਖ-ਵੱਖ ਪਾਰਟੀਆਂ ਦੇ ਫਲੋਰ ਲੀਡਰਾਂ ਦੀ ਬੈਠਕ ਬੁਲਾਈ ਇਹ ਇੱਕ ਰਵਾਇਤੀ ਮੀਟਿੰਗ ਹੁੰਦੀ ਹੈ ਹਰ ਵਾਰ ਹੀ ਬਜਟ ਸੈਸ਼ਨ ਤੋਂ ਪਹਿਲਾਂ ਇਹ ਬੁਲਾਈ ਜਾਂਦੀ ਹੈ ਤੇ 1 ਫਰਵਰੀ ਨੂੰ ਬਜਟ ਪੇਸ਼ ਕੀਤਾ ਜਾਵੇਗਾ ਉਸ ਤੋਂ ਪਹਿਲਾਂ ਹੀ ਆਮ ਲੋਕ ਮਹਿੰਗਾਈ ਦੀ ਮਾਰੇ ਹਟਾ ਸਕਦੇ ਨਹੀਂ ਕਿਉਂਕਿ ਆਲੂ ਗੰਡਾ ਟਮਾਟਰ ਵਰਗੀਆਂ ਪ੍ਰਮੁੱਖ ਸਬਜ਼ੀਆਂ ਦੀਆਂ ਕੀਮਤਾਂ ਵਧ ਗਈਆਂ ਨੇ ਹਾਲੀ ਦੇ ਹਫ਼ਤਿਆਂ ਦੇ ਵਿੱਚ ਇਹਨਾਂ ਮੇਨ ਸਬਜ਼ੀਆਂ ਦੀਆਂ ਕੀਮਤਾਂ ਜਵਾਦਾ ਹੋਇਆ ਹੈ ਇਹ ਉਹ ਸਬਜ਼ੀਆਂ ਨੇ ਜਿਸ ਤੋਂ ਬਿਨਾ ਕਿਸੇ ਦੀ ਰਸੋਈ ਨਹੀਂ ਚਲਦੀ ਇਸ ਦਾ ਅਸਰ ਮਹਿੰਗਾਈ ਦਰ ਤੇ ਦੇਖਿਆ ਜਾ ਸਕਦਾ ਹੈ ਖਪਤਕਾਰ ਮਾਮਲਿਆਂ ਦੇ ਵਿਭਾਗ ਵੱਲੋਂ ਜਾਰੀ ਜਨਵਰੀ ਦੇ ਅੰਕੜਿਆਂ ਮੁਤਾਬਕ ਆਲੂ ਦੇ ਪਰਚੂਨ ਦਰ ਦੇ ਵਿੱਚ ਸਾਲਾਨਾ ਆਧਾਰ ਤੇ 33 ਫੀਸਦੀ ਦਾ ਵਾਧਾ ਹੋਇਆ ਫਿਲਹਾਲ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਇਸੇ ਤਰ੍ਹਾਂ ਪਿਆਜ਼ ਦੀ ਪਰਚੂਨ ਕੀਮਤ ਵੀ 20% ਵਧ ਕੇ 3 ਰੁਪਏ ਪ੍ਰਤੀ ਕਿਲੋ ਹੋ ਗਏ ਟਮਾਟਰ ਦੀ ਕੀਮਤ ਸਾਲਾਨਾ ਆਧਾਰ ਤੇ 50% ਵਧ ਕੇ 3 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਰਚੂਨ ਬਾਜ਼ਾਰ ਦੇ ਵਿੱਚ ਵਿਕ ਰਹੀ ਹੈ ਮਸ਼ਹੂਰ ਚੰਡੀਗੜ੍ਹ ਯੂਨੀਵਰਸਿਟੀ ਦੇ ਮੁਖੀ ਸਤਨਾਮ ਸਿੰਘ ਸੰਧੂ ਨੂੰ ਰਾਜ ਸਭਾ ਦੇ ਲਈ ਨਾਮਜ਼ਦ ਕੀਤਾ ਗਿਆ ਹੈ ਦੇਸ਼ ਦੇ ਰਾਸ਼ਟਰਪਤੀ ਨੇ ਖੁਦ ਸਤਨਾਮ ਸਿੰਘ ਸੰਧੂ ਨੂੰ ਉੱਚ ਸਦਨ ਦੇ ਲਈ ਮੈਂਬਰ ਵਜੋਂ ਨਾਮਜ਼ਦ ਕੀਤਾ ਹੈ ਸੰਧੂ ਭਾਰਤ ਦੇ ਪ੍ਰਮੁੱਖ ਸਿੱਖਿਆ ਸ਼ਾਸਤਰੀਆਂ ਦੇ ਵਿੱਚੋਂ ਇੱਕ ਨੇ ਸਤਨਾਮ ਸਿੰਘ ਸੰਧੂ ਦੀ ਆਪਣੇ ਨਾਲ ਫੋਟੋ ਸਾਂਝੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਧਾਈ ਦਿੱਤੀ ਹੈ ਉਪ ਰਾਸ਼ਟਰਪਤੀ ਨੇ ਉ ਸ਼ਪਤੀ ਜਗਦੀਪ ਧਨਖੜ ਨੇ ਵਿਸਤਨਾਮ ਸਿੰਘ ਨੂੰ ਵਧਾਈ ਭੇਜੀ ਐ ਸਤਨਾਮ ਸਿੰਘ ਸੰਧੂ ਦਾ ਜਨਮ ਫਿਰੋਜ਼ਪੁਰ ਦੇ ਪਿੰਡ ਰਸੂਲਪੁਰ ਦੇ ਇੱਕ ਕਿਸਾਨ ਪਰਿਵਾਰ ਛੋਇਆ ਸੀ 2001 ਦੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਦਾਖਲ ਹੋਏ ਤੇ ਇੱਕ ਪ੍ਰਾਈਵੇਟ ادارے ਚੰਡੀਗੜ੍ਹ ਯੂਨੀਵਰਸਿਟੀ ਦੀ ਉਹਨਾਂ ਨੇ ਸਥਾਪਨਾ ਕੀਤੀ ਉਹਨਾਂ ਦੇ ਸਿਆਸਤ ਵਿਚ ਆਉਣ ਦੀਆਂ ਪਹਿਲਾਂ ਤੋਂ ਹੀ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਪਿਛਲੇ ਸਮੇਂ ਦੇ ਵਿੱਚ ਸਤਨਾਮ ਸਿੰਘ ਸੰਧੂ ਦਾ ਆਦਾਰਾ ਚੰਡੀਗੜ੍ਹ ਯੂਨੀਵਰਸਿਟੀ ਵਿਵਾਦਾਂ ਦੇ ਵਿੱਚ ਵੀ ਘਿਰ ਗਿਆ ਸੀ ਜਦੋਂ ਇੱਥੇ ਵਿਦਿਆਰਥੀਆਂ ਦੇ ਹੋਸਟਲ ਦੇ ਵਿੱਚ ਵੀਡੀਓਜ਼ ਬਣਾਉਣ ਦਾ ਮਾਮਲਾ ਮਨੇ ਆਸੀ ਸਿੱਖਿਆ ਨਾਲ ਜੁੜੀ ਪੰਜਾਬ ਤੋਂ ਇੱਕ ਅਹਿਮ ਖਬਰ ਹੈ ਕਿ ਸਿੱਖਿਆ ਵਿਭਾਗ ਪੰਜਾਬ ਦੇ ਵੱਲੋਂ ਤਰੱਕੀ ਦੇ ਕੇ ਜ਼ਿਲ੍ਹਾ ਸਿੱਖਿਆ ਅਫਸਰ ਬਣਾਏ ਗਏ 40 ਪ੍ਰਿੰਸੀਪਲਾਂ 'ਚੋਂ ਕਰੀਬ 2 ਦਰਜਨ ਨੇ ਤਰੱਕੀ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਜਦ ਕਿ ਤਰੱਕੀ ਦੇ ਕੇ ਸਹਾਇਕ ਡਾਇਰੈਕਟਰ ਬਣਾਏ ਗਏ 11 ਪ੍ਰਿੰਸੀਪਲਾਂ 'ਚੋਂ ਵੀ ਅੱਧੀ ਦਰਜਨ ਨੇ ਤਰੱਕੀ ਨੂੰ ਨਾਂਹ ਕਹਿ ਦਿੱਤੀ ਹੈ ਦਰਅਸਲ ਸਿੱਖਿਆ ਵਿਭਾਗ ਪੰਜਾਬ ਦੇ ਵੱਲੋਂ 25 ਜਨਵਰੀ ਨੂੰ 21 ਪ੍ਰਿੰਸੀਪਲਾਂ ਨੂੰ ਤਰੱਕੀ ਦੇ ਕੇ ਜ਼ਿਲ੍ਹਾ ਸਿੱਖਿਆ ਅਫਸਰ ਤੇ ਸਹਾਇਕ ਡਾਇਰੈਕਟਰ ਬਣਾਉਣ ਦੇ ਹੁਕਮ ਦਿੱਤੇ ਗਏ ਸੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਪ੍ਰਿੰਸੀਪਲਾਂ 'ਚੋਂ ਜ਼ਿਆਦਾਤਰ ਦੀਆਂ ਆਪਣੇ ਪੁਰਾਣੇ ਸਕੂਲਾਂ ਦੇ ਵਿੱਚ ਹੀ ਆਪਣੀ ਤਨਾਤੀ ਬਰਕਰਾਰ ਰੱਖਣ ਦੇ ਲਈ ਜद्दोजਹਿਦ ਕਰ ਰਹੇ ਨੇ ਤੇ ਸਭ ਕੁਝ ਉਦੋਂ ਹੋ ਰਿਹਾ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਇਹ ਦਾਵੇ ਕਰਦੀ ਹੈ ਕਿ ਅਧਿਆਪਕਾਂ ਦੀਆਂ ਬਦਲੀਆਂ ਉਹਨਾਂ ਦੇ ਆਪਣੇ ਸਟੇਸ਼ਨ ਤੇ ਹੀ ਕੀਤੀਆਂ ਜਾਣਗੀਆਂ ਤਕਨੀਕ ਦੇ ਨਾਲ ਜੁੜੀ ਸ਼ਾਨਦਾਰ ਖਬਰ ਹੈ ਕਿ ਟੈਸਲਾ ਤੇ ਐਕਸ ਕੰਪਨੀ ਦੇ ਮਾਲਕ ਇਲਨ ਮਸਕ ਦੀ ਨਵੀਂ ਕੰਪਨੀ ਨਿਊਰਲਿੰਕ ਨੇ ਸ਼ਾਨਦਾਰ ਕੰਮ ਕਰ ਦਿਖਾਇਆ ਸਟਾਰਟਅਪ ਕੰਪਨੀ ਨਿਊਰਲਿੰਕ ਨੇ ਪਹਿਲੀ ਵਾਰੀ ਮਨੁੱਖ ਦੇ ਦਿਮਾਗ ਦੇ ਵਿੱਚ ਇੱਕ ਚਿਪ ਲਾਈ ਹੈ ਜਿਹੜੀ ਕਿ ਇੱਕ ਤਰੀਕੇ ਨਾਲ ਖਤਰਨਾਕ ਵੀ ਹੈ ਇਲਨ ਮਸਕ ਨੇ ਦੱਸਿਆ ਕਿ ਉਹਨਾਂ ਦੇ ਨਿਊਰਲਿੰਕ ਲਿੰਕ ਸਟਾਰਟਅਪ ਨੇ ਸ਼ਾਨਦਾਰ ਨਤੀਜੇ ਦੇ ਨਾਲ ਮਨੁੱਖ ਵਿੱਚ ਆਪਣਾ ਪਹਿਲਾ ਦਿਮਾਗ ਇੰਪਲਾਂਟ ਲਾ ਦਿੱਤਾ ਹੈ ਪਹਿਲੇ ਮਨੁੱਖ ਉਹ ਕੱਲ ਨਿਊਰਲਿੰਕ ਤੋਂ ਇੰਪਲਾਂਟ ਮਿਲਿਆ ਹੈ ਤੇ ਉਹ ਠੀਕ ਹੋ ਰਿਹਾ ਹੈ ਪੰਜ ਸਿੱਕਿਆਂ ਦੇ ਆਕਾਰ ਦੀ ਇੱਕ ਚਿਪ ਨੂੰ ਮਨੁੱਖੀ ਦਿਮਾਗ ਵਿੱਚ ਸਰਜਰੀ ਦੇ ذریعے ਪਾਇਆ ਗਿਆ ਇਸ ਨਾਲ ਸਰੀਰਕ ਤੌਰ ਤੇ ਅਸਮਰੱਥ ਲੋਕਾਂ ਨੂੰ ਕਾਫੀ ਫਾਇਦਾ ਹੋਏਗਾ ਤਕਨੀਕ ਦੀ ਮਦਦ ਨਾਲ ਉਹਨਾਂ ਨੂੰ ਮੁੜ ਤੋਂ ਪੈਰਾਂ ਤੇ ਖੜਾ ਕੀਤਾ ਜਾਵੇਗਾ ਖੇਡ ਦੇ ਮੈਦਾਨ ਨਾਲ ਜੁੜੀ ਚੰਗੀ ਖਬਰ ਹੈ ਕਿ ਪੰਜਾਬ ਦੇ ਹਾਕੀ ਖਿਡਾਰੀ ਮਨਿੰਦਰ ਸਿੰਘ ਦੇ ਚਾਰ ਗੋਲਾਂ ਦੀ ਮਦਦ ਨਾਲ ਭਾਰਤ ਨੇ ਹਾਕੀ 5s men's ਵਰਲਡ ਕੱਪ ਦੇ ਤੀਸਰੇ ਅਤੇ ਆਖਰੀ ਪੋਲ ਦੇ ਵਿੱਚ ਜਮਾਇਕਾ ਦੀ ਟੀਮ ਨੂੰ 13-0 ਨਾਲ ਹਰਾ ਕੇ FIH ਹਾਕੀ 5 ਪਰਸ਼ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਦੇ ਵਿੱਚ ਐਂਟਰੀ ਮਾਰ ਲਈ ਹੈ ਦੂਸਰੇ ਮਿੰਟ ਵਿੱਚ ਦੋ ਗੋਲ ਕਰਨ ਤੋਂ ਬਾਅਦ ਮਨਿੰਦਰ ਨੇ 28ਵੇਂ ਤੇ 29ਵੇਂ ਮਿੰਟ ਵਿੱਚ ਗੋਲ ਕੀਤੇ ਚਾਰੇ ਮੈਦਾਨੀ ਗੋਲ ਸਨ ਹੁਣ ਗੱਲ ਕਰਾਂਗੇ ਚੰਡੀਗੜ੍ਹ ਮੇਅਰ ਦੇ ਨਤੀਜਿਆਂ ਦੀ ਜਿਸ ਦੇ ਵਿੱਚ ਵੱਡਾ ਉਲਟ ਫੇਰ ਦੇਖਣ ਨੂੰ ਮਿਲਿਆ ਹੈ ਬੀਜੇਪੀ ਘੱਟ ਵੋਟਾਂ ਦੇ ਨਾਲ ਆਖਿਰਕਾਰ ਕਿਵੇਂ ਜਿੱਤ ਗਈ ਤੇ ਕਾਂਗਰਸ ਦੇ ਆਪ ਗੱਠਜੋੜ ਦੇ ਵਿੱਚ ਹੋਣ ਦੇ ਬਾਵਜੂਦ ਵੱਧ ਵੋਟਾਂ ਹੋਣ ਦੇ ਬਾਵਜੂਦ ਕਿਵੇਂ ਹਾਰ ਗਏ ਬੀਜੇਪੀ ਨੇ ਕਿਵੇਂ ਗੇਮ ਬਦਲ ਦਿੱਤੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਿਆਸਤ ਦੇ ਵਿੱਚ ਜਾਂ ਯਕਨ ਕਰ ਸਕਦੇ ਕਿ ਮੇਅਰ ਦੇ ਚੋਣ ਨਤੀਜਿਆਂ ਦੇ ਵਿੱਚ ਜੋ ਹੋਇਆ ਹੈ ਉਸ ਨੇ ਪੂਰੇ ਦੇਸ਼ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ ਕਿਉਂਕਿ ਇਸ ਨੂੰ ਇੰਡੀਆ ਗੱਠ ਜੋੜ ਦੀ ਪਹਿਲੀ ਚੋਣ ਕਿਹਾ ਜਾ ਰਿਹਾ ਸੀ ਘਟ ਗਿਣਤੀ ਦੇ ਬਾਵਜੂਦ ਬੀਜੇਪੀ ਦੇ ਕੌਂਸਲਰ ਮਨੋਜ ਸੋਨਕਰ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਇੰਡੀਆ ਗੱਠ ਜੋੜ ਦੇ ਉਮੀਦਵਾਰ ਕੁਲਦੀਪ ਟਿੱਟਾ ਤੋਂ 4 ਵੋਟਾਂ ਵੱਧ ਮਿਲੀਆਂ ਨੇ ਹਾਲਾਂਕਿ ਆਮ ਆਦਮੀ ਪਾਰਟੀ ਨੇ ਇੱਕ ਵਾਰੀ ਮੋੜ ਤੋਂ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਜਿਸ ਤੇ ਕੱਲ ਨੂੰ ਸੁਣਵਾਈ ਹੋਵੇਗੀ ਆਮ ਆਦਮੀ ਪਾਰਟੀ ਨੇ ਚੋਣ ਨਾਲ ਜੁੜੇ ਸਾਰੇ ਕੀਤੀ ਹੈ ਮੇਰ ਦੀ ਚੋਣ ਲਈ ਚੰਡੀਗੜ੍ਹ ਦੇ ਐਮਪੀ ਸਮੇਤ 35 ਕੌਂਸਲਰਾਂ ਨੇ ਵੋਟਾਂ ਪਾਈਆਂ ਬੀਜੇਪੀ ਦੇ ਮਨੋਜ ਸੋਲਕਰ ਨੂੰ 16 ਵੋਟਾਂ ਮਿਲੀਆਂ ਜਦਕਿ ਬੀਜੇਪੀ ਦੇ ਕੋਲ 15 ਵੋਟਾਂ ਸਨ ਮੰਨਿਆ ਜਾ ਰਿਹਾ ਸੀ ਕਿ ਇਕਾਲੀ ਦਲ ਦੇ ਇੱਕ ਕੌਂਸਲਰ ਨੇ ਵੀ ਬੀਜੇਪੀ ਨੂੰ ਵੋਟ ਦਿੱਤੀ ਹੈ ਪਰ ਇਸ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਟਚੋੜ ਕੋਲ ਤਾਂ 20 ਵੋਟਾਂ ਸਨ ਪਰ ਦੋਵਾਂ ਪਾਰਟੀਆਂ ਦੀਆਂ 8 ਵੋਟਾਂ ਰੱਦ ਹੋ ਗਈਆਂ ਯਾਨੀ ਕਿ ਉਹਨਾਂ ਦੀਆਂ ਵੋਟਾਂ ਨੂੰ ਅਯੋਗ ਕਰਾਰ ਦੇ ਕੇ ਬੀਜੇਪੀ ਨੂੰ ਜੇਤੂ ਕਰਾਰ ਦਿੱਤਾ ਗਿਆ 8 ਵੋਟਾਂ ਨੂੰ ਗਿਣਤੀ ਵਿੱਚ ਸ਼ਾਮਲ ਹੀ ਨਹੀਂ ਕੀਤਾ ਗਿਆ ਵੋਟ ਕਿਉ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਵਿਰੋਧ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵਾਂ ਨੇ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ VOTING ਦਾ ਵੀ ਬਾਈਕਾਟ ਕਰ ਦਿੱਤਾ ਯਾਨੀ ਕਿ ਡਿਪਟੀ ਮੇਅਰ ਵੀ ਭਾਜਪਾ ਕੋਲ ਸੀਨੀਅਰ ਡਿਪਟੀ ਮੇਅਰ ਵੀ ਭਾਜਪਾ ਦੇ ਹੱਥ ਖਾਤੇ ਵਿੱਚ ਚਲੀ ਗਈ ਹੈ ਉਧਰ ਆਮ ਆਦਮੀ ਪਾਰਟੀ ਦੇ ਲੀਡਰ ਰਾਗਵ ਚੱਡਾ ਤੇ ਕਾਂਗਰਸ ਦੇ ਸਾਬਕਾ ਐਮਪੀ ਪਵਨ ਬਾਂਸਲ ਨੇ ਪ੍ਰੈਸ ਕਾਨਫਰੰਸ ਕੀਤੀ ਭਾਜਪਾ ਤੇ ਇਲਜ਼ਾਮ ਲਾਇਆ ਕਿ ਸਾਜ਼ਿਸ਼ ਤਹਿਤ ਉਹਨਾਂ ਨੇ ਮੇਅਰ ਬਣਾਇਆ ਹੈ 20 VOTES ਦੇ ਨਾਲ ਕਹਿੰਦੇ ਸਾਡੀ ਜਿੱਤ ਪੱਕੀ ਸੀ ਪਰ ਇੱਥੇ ਦੇਸ਼ਤਰੋ ਹੋਇਆ ਹੈ मुझे पूरा विश्वास है कि पंजाब हरियाणा हाईकोर्ट में जब इस पूरे इलेक्शन प्रोसेस का वीडियो पहुंचेगा और ऑनरेबल जजेस अपनी आंखों से खुद देखेंगे कि कैसे भाजपा के माइनॉरिटी विंग के एक पदाधिकारी जो प्रिसाइडिंग अफसर बने अपने ही पेन से निशान लगा लगाकर बैलेट पेपर को अवैध घोषित कर रहे हैं ये सारी चीजें जब हाईकोर्ट के सामने आएंगी तो हाईकोर्ट अवश्य कार्रवाई करेगा जरूर हम कंप्लेंट भी करेंगे कार्रवाई की मांग भी करेंगे ਔਰ ਸਿਰਫ ਕਾਰਵਾਈ ਕੀ ਨਹੀਂ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਹਨ VOTING ਪਹਿਲਾਂ ਤਾਂ ਸ਼ਾਂਤਮਈ ਤਰੀਕੇ ਨਾਲ ਚੱਲਦੀ ਰਹੀ ਪਰ ਉਸ ਤੋਂ ਬਾਅਦ ਜੋ ਕੁਝ ਵੀ ਹੋਇਆ ਸ਼ਾਇਦ ਤੁਸੀਂ ਵੀ ਸਾਰਿਆਂ ਨੇ ਟੀਵੀ ਤੇ ਦੇਖਿਆ ਹੋਣਾ ਕਿs ਕਦਰ ਹੰਗਾਮਾ ਹੋਇਆ ਤੇ ਜੋ ਨਤੀਜਾ ਆਇਆ ਉਸ ਤੋਂ ਬਾਅਦ ਕਾਂਗਰਸ ਤੇ ਆਪ ਨੇ ਰੋਸ ਪ੍ਰਦਰਸ਼ਨ ਵੀ ਕੀਤਾ ਇੰਡੀਆ ਗਾਠਜੋੜ ਮੁਤਾਬਕ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਐਲਾਨਨ ਤੋਂ ਪਹਿਲਾਂ ਦੋਵੇਂ ਉਮੀਦਵਾਰਾਂ ਦੇ ਏਜੰਟ ਨੂੰ ਬੁਲਾਇਆ ਜਾਂਦਾ ਪਰ ਚੋਣ ਅਫਸਰ ਨੇ ਅਜਿਹਾ ਕੁਝ ਨਹੀਂ ਕੀਤਾ ਦੂਸਰੇ ਪਾਸੇ ਬੀਜੇਪੀ ਦਾ ਕਹਿਣਾ ਕਿ ਕਾਂਗਰਸ ਅਤੇ ਆਪ ਕੌਂਸਲਰਾਂ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਆਪਣੇ ਕੌਂਸਲਰਾਂ ਨੂੰ ਸਾਹਮਣੇ ਸਕੇ ਇਹ ਕਹਿੰਦੇ ਉਹਨਾਂ ਦੇ ਕੌਂਸਲਰਾਂ ਨੇ ਸਾਡੇ ਉਮੀਦਵਾਰ ਨੂੰ ਵੋਟਾਂ ਪਾ ਦਿੱਤੀਆਂ ਨੇ ਹਾਰ ਤੋਂ ਬਾਅਦ ਕਹਿੰਦੇ ਉਹ ਬੇਵਜ੍ਹਾ ਇਲਜ਼ਾਮ ਲਾ ਰਹੇ ਨੇ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਚੰਡੀਗੜ੍ਹ ਦੇ ਵਿੱਚ ਬੀਜੇਪੀ ਦੇ ਵਰਕਰਾਂ ਨੂੰ ਵਧਾਈ ਦਿੰਦੇ ਹੋਏ ਇੰਡੀ ਅੱਜ ਕਿਹਾ ਕਿ ਮੈਂ ਚੰਡੀਗੜ੍ਹ ਬੀਜੇਪੀ ਯੂਨਿਟ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ਚ ਸ਼ਾਨਦਾਰ ਕੰਮ ਕੀਤਾ ਹੈ ਯੂਟੀ ਨੇ ਰਿਕਾਰਡ ਵਿਕਾਸ ਕੀਤਾ ਹੈ ਇੰਡੀਆ ਗੱਟਚੋੜ ਬੀਜੇਪੀ ਦੇ ਖਿਲਾਫ ਪਹਿਲੀ ਚੋਣ ਹਾਰ ਗਿਆ ਹੈ ਨਾ ਉਹਨਾਂ ਦਾ ਹਿਸਾਬ ਚੱਲਿਆ ਨਾ ਹੀ ਕੈਮਿਸਟਰੀ ਚੱਲੀ ਇਸ ਸਾਰੇ ਘਟਨਾਗਰਮ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪ੍ਰੈਸ ਕਾਨਫਰੰਸ ਅੱਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਸੀਐਮ ਮਾਨ ਨੇ ਕਿਹਾ ਕਿ ਚੰਡੀਗੜ੍ਹ ਦੇ ਵਿੱਚ ਜਿਸ ਤਰ੍ਹਾਂ ਮੇਅਰ ਦੀ ਚੋਣ ਹੋਈ ਹੈ ਉਸ ਨੂੰ ਸਾਡੇ ਦੇਸ਼ ਦੇ ਇਤਿਹਾਸ ਵਿੱਚ ਕਾਲੇ ਦਿਨ ਦੇ ਰੂਪ ਚ ਲਿਖਿਆ ਜਾਵੇਗਾ ਇਹ ਉਹ ਮਹੀਨਾ ਹੈ ਜਦੋਂ ਅਸੀਂ ਆਪਣੇ ਸੰਵਿਧਾਨ ਦੇ ਲਾਗੂ ਹੋਣ ਦੇ ਲਈ ਗੰਢ ਰਾਜ ਦਿਹਾੜਾ ਮਨਾਉਂਦੇ ਹਾਂ ਉਸੇ ਮਹੀਨੇ ਸੰਵਿਧਾਨੀਆਂ ਧਜੀਆਂ ਉਡਾਈਆਂ ਗਈਆਂ ਚੋਣਾਂ ਨੂੰ ਲੁੱਟਿਆ ਗਿਆ ਕਈ ਸੁਬਿਆਂ ਦੇ ਵਿੱਚ ਬ ਤਾਂ ਮੁਤਾਬਕ ਅਜਾ ਹੀ ਕਰਦੀ ਰਹੀ ਹੈ ਸੀਐਮ ਨੇ ਕਿਹਾ ਕਿ ਜਾਣਬੁੱਝ ਕੇ ਚੋਣ ਅਧਿਕਾਰੀ 40 ਮਿੰਟ ਲੇਟ ਆਇਆ ਤੇ ਫਿਰ ਧੋਖਾ ਕਰ ਗਿਆ ਭਗਵੰਤ ਮਾਨ ਨੇ ਚੋਣ ਅਫਸਰ ਦਾ ਵੀਡੀਓ ਵੀ ਸਾਂਝਾ ਕੀਤਾ ਤੰਜ ਕਸਦੇ ਹੋਏ ਕਿਹਾ ਕਿ ਡੀਸੀ ਨੇ VOTING ਤੋਂ ਪਹਿਲਾਂ ਪੂਰੀ ਪ੍ਰਕਿਰਿਆ ਬਾਰੇ ਦੱਸਿਆ ਸੀ ਪਰ ਨਤੀਜੇ ਵਿੱਚ ਇਹ ਦੱਸਿਆ ਗਿਆ ਕਿ ਸਾਡੇ ਕੌਂਸਲਰਾਂ ਨੂੰ ਵੋਟਾਂ ਹੀ ਨਹੀਂ ਪਾਉਣੀਆਂ ਆਉਂਦੀਆਂ ਜਦ ਕਿ ਉਹਨਾਂ ਦੇ ਸਾਰੇ ਕੌਂਸਲਰ ਮਾਹਿਰ ਨੇ ਕਹਿੰਦੇ ਜਿਹਾ ਕਿਵੇਂ ਹੋ ਸਕਦਾ ਸੀਐਮ ਆਰ ਨੇ ਕਿਹਾ ਕਿ VOTING ਕੋਈ ਪਹਿਲੀ ਵਾਰ ਨਹੀਂ ਹੋਈ ਸੀ ਆਪਦੇ ਕੌਂਸਲਰਾਂ ਨੇ ਦੋ ਵਾਰੀ ਪਹਿਲਾਂ ਵੀ VOTING ਕੀਤੀ ਹੈ ਸਭ ਨੂੰ ਵੋਟ ਪਾਣੀ ਆਉਂਦੀ ਸੀ ਵੋਟਾਂ ਰੱਦ ਕਰਨ ਦਾ ਕੋਈ ਕੋਈ सारे मीडिया के साथ ही मैं करके दिखाता हूं जब आदमी कोई गलत काम कर रहा हो टिक कर दिया साइन ने इस पर ये टिक कर दिया ये टिक कर, कर दिया ठीक है जी और देखो इधर देख भी रहे हैं देखो आंखें झूठ नहीं बोलती देखो लेकिन उनको ये नहीं पता कि कैमरे की आंखें होती हैं वो देख रहे हैं ऐसे कि किसी को पता तो नहीं चला ये ये भी रख दिया और है ना दूसरी ओके मैं करके दिखाता हूं जब आदमी कोई इस बंदे पर देशद्रोह का पर्चा होना चाहिए इसने जनतंत्र की हत्या की है वो भी उसी महीने में जब डॉक्टर भीमराव अंबेडकर के लिखे हुए संविधान का दिन मना रहे थे इस बार पर्चा होना चाहिए कि कैसे इसने विदाउट इनफॉर्मिंग द एजेंट्स बुलाए भी नहीं पिछली बार बुलाए थे इस बार तो एजेंट भी नहीं बुलाए ਆਵਾਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਟਵੀਟ ਕਰਕੇ ਵੀ ਕਿਹਾ ਕਿ ਚੰਡੀਗੜ੍ਹ ਮੇਅਰ ਚੋਣ ਦੇ ਵਿੱਚ ਜਿਸ ਤਰ੍ਹਾਂ ਦਿਨ ਦਿਹਾੜੇ ਬੇਈਮਾਨੀ ਹੋਈ ਹੈ ਬਹੁਤ ਚਿੰਤਾ ਦਾ ਵਿਸ਼ਾ ਹੈ ਜੇਕਰ ਇੱਕ ਮੇਅਰ ਦੀ ਚੋਣ ਲਈ ਇਹ ਐਨਾ ਡਿੱਗ ਸਕਦੇ ਨੇ ਤੇ ਹੋਰ ਕਿੰਨਾ ਡਿੱਗਣਗੇ ਦੇਸ਼ ਦੀ ਚੋਣ ਵਿੱਚ ਕਿਸ ਹੱਦ ਤੱਕ ਡਿੱਗ ਸਕਦੇ ਨੇ ਇਸ ਦਾ ਅੰਦਾਜ਼ਾ ਕਹਿੰਦੇ ਆਪਾਂ ਲਾ ਸਕਦੇ ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁਖ ਬਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਚੋਣ ਅਫਸਰ ਨੇ ਜਿਸ ਤਰ੍ਹਾਂ ਇੰਡੀਆ ਗੱਠ ਛੋੜ ਦੀਆਂ 8 ਵੋਟਾਂ ਨੂੰ ਰੱਦ ਕੀਤਾ ਉਹ ਲੋਕਤੰਤਰ ਦਾ ਕਤਲ ਹੈ ਇਹ ਲੋਕ ਰਾਜ ਦਾ ਕਾਲਾ ਦਿਨ ਹੈ ਚੰਡੀਗੜ੍ਹ ਦੇ ਮੇਅਰ ਦੀ ਚੋਣ ਦੌਰਾਨ ਲੋਕਾਂ ਦੇ ਭਰੋਸੇ ਨੂੰ ਸੱਟ ਮਾਰੀ ਗਈ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਭਾਵੇਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਗੱਠ ਛੋੜ ਦੀ وکਾਲਤ ਨਹੀਂ ਕਰਦੇ ਪਰ ਚੰਡੀਗੜ੍ਹ ਮੇਅਰ ਦੇ ਨਤੀਜਿਆਂ ਬਾਰੇ ਉਹ ਬੋਲੇ ਨੇ ਕਿਉਂਕਿ ਇੱਥੇ ਕਾਂਗਰਸ ਵੀ ਹਾਰੀ ਹੈ ਵੜਿੰਗ ਨੇ ਵੀ ਇਸ ਚੋਣ ਨੂੰ ਲੋਕ ਰਾਜ ਦਾ ਕਤਲ ਕਰਾਰ ਦਿੱਤਾ ਹੈ ਕਿਆ ਕਿ ਉਹਨਾਂ ਨੇ ਯਾਨੀ ਕਿ ਭਾਜਪਾ ਨੇ ਚੋਣ ਜਿੱਤਣ ਲਈ ਪੈਸੇ ਏਜੰਸੀਆਂ ਤੇ ਅਫਸਰਾਂ ਦੀ ਗਲਤ ਵਰਤੋਂ ਕੀਤੀ ਵੀਡੀਓ ਚ ਸਾਫ ਨਜ਼ਰ ਆਉਂਦਾ ਕਿ ਚੋਣ ਅਫਸਰ ਕਿਸ ਤਰ੍ਹਾਂ ਵੋਟਾਂ ਨਾਲ ਛੇੜਖਾਨੀ ਕਰ ਰਿਹਾ ਹੈ ਇਹ ਸਿਰਫ ਸਿਆਸੀ ਲੋਕਾਂ ਦੇ ਲਈ ਅੱਖਾਂ ਖੋਲਣ ਦਾ ਸਮਾਂ ਨਹੀਂ ਬਲਕਿ ਹਰੇਕ ਮਾਪਿਆਂ ਤੇ ਵਿਦਿਆਰਥੀਆਂ ਦੇ ਲਈ ਵੀ ਅਹਿਮ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਮਾਹੌਲ ਦੇਣ ਜਾ ਰਹੇ ਹਾਂ ਕਿ ਅਸੀਂ ਤਾਂ ਨਾ ਸ਼ਾਹੀ ਵਲਵਾਦ ਰਹੇ ਹਾਂ ਹਾਲਾਂਕਿ ਹਾਈ ਕੋਰਟ ਦੇ ਹੁਕਮਾ ਮੁਤਾਬਿਕ VOTING ਦੀ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਹੋਈ ਡੀਸੀ ਵੱਲੋਂ VOTING ਤੋਂ ਪਹਿਲਾਂ ਬੈਲਟ ਪੇਪਰ ਤੇ ਕਿਵੇਂ VOTING ਕਰਨੀ ਹੈ ਇਸ ਬਾਰੇ ਵੀ ਕਰਵਾਇਆ ਗਿਆ ਸੀ ਇਸ ਤੋਂ ਪਹਿਲਾਂ 18 ਜਨਵਰੀ ਨੂੰ ਚੰਡੀਗੜ੍ਹ ਮੇਅਰ ਚੁਣਿਆ ਜਾਣਾ ਸੀ ਪਰ ਚੋਣ ਅਫਸਰ ਦੀ ਤਬੀਅਤ ਮੌਕੇ ਤੇ ਵਿਗੜਨ ਦੀ ਵਜ੍ਹਾ ਕਰਕੇ ਡੀਸੀ ਚੰਡੀਗੜ੍ਹ ਨੇ 6 ਫਰਵਰੀ ਨਵੀਂ VOTING ਦੀ ਤਾਰੀਖ ਦੱਸੀ ਸੀ ਪਰ ਮਾਮਲਾ ਹਾਈ ਕੋਰਟ ਵਿੱਚ ਪਹੁੰਚ ਗਿਆ ਸੀ ਤਾਂ ਹਾਈ ਕੋਰਟ ਨੇ 30 ਜਨਵਰੀ ਨੂੰ ਵੋਟਾਂ ਕਰਵਾਉਣ ਦੇ ਆਦੇਸ਼ ਦਿੱਤੇ ਸਨ ਤੇ ਇਸ ਚੋਣ ਨਤੀਜੇ ਨੂੰ ਦੇਖਦੇ ਹੋਏ ਵਿਰੋਧੀ ਪਾਰਟੀਆਂ ਹੀ ਨਹੀਂ ਬਲਕਿ ਆਮ ਲੋਕ ਵੀ ਹੈਰਾਨ ਪਰੇਸ਼ਾਨ ਨੇ ਕਿ ਆਖਿਰਕਾਰ ਇੱਕ ਪਾਸੇ ਬੀਜੇਪੀ ਦੀਆਂ ਤਾਂ ਸਾਰੀਆਂ ਦੀਆਂ ਸਾਰੀਆਂ ਵੋਟਾਂ ਸਹੀ ਨਿਕਲੀਆਂ ਦੂਸਰੇ ਪਾਸੇ ਗੱਠਜੋੜ ਦੇ 8 ਮੈਂਬਰਾਂ ਦੀ 8 ਕੌਂਸਲਰਾਂ ਦੀਆਂ ਵੋਟਾਂ ਆਖਿਰਕਾਰ ਕਿਵੇਂ ਰੱਦ ਹੋ ਗਈਆਂ ਇਸ ਨਤੀਜੇ ਤੇ ਹਰ ਕਿਸੇ ਨੂੰ ਸ਼ੱਕ ਹੀ ਹੋ ਰਿਹਾ ਹੈ